ਹਾਂਜੀ ਸਤਿ ਸ਼੍ਰੀ ਅਕਾਲ ਸਭ ਨੂੰ ਮੈਂ ਹਾਦਲ ਜਮਾਲ ਤੁਸੀਂ ਦੇਖ ਰਹੇ ਬਿਜਲੀ ਪੰਜਾਬੀ ਲੋ ਜੀ ਵੀਡੀਓ ਲੈ ਕੇ ਆਇਆ ਮੈਂ ਤੁਹਾਡੇ ਲਈ ਇੰਨੀ ਅੱਛੀ ਨਿਊਜ਼ ਨਹੀਂ ਹੈ ਲੇਕਿਨ ਮੇਰਾ ਕੰਮ ਹੈ ਤੁਹਾਡਾ ਨਾਲ ਸ਼ੇਅਰ ਕਰਨਾ ਕਿ ਜਿਨ੍ਹਾਂ ਨੇ ਬੋਨਸ 600 ਯੂਰੋ ਅਪਲਾਈ ਕੀਤਾ ਸੀ ਔਰ ਜਿਨ੍ਹਾਂ ਨੂੰ ਮਿਲ ਗਿਆ ਬੋਨਸ ਖਾਸ ਕਰ ਉਹਨਾਂ ਦੇ ਲਈ ਜੇ ਕੋਈ ਬੰਦਾ ਹੱਕ ਨਹੀਂ ਸੀ ਰੱਖਦਾ ਤਾਂ ਉਹਨਾਂ ਦਾ ਲਿੰਕ ਨਾਲ ਕੀ ਹੋਣਾ ਜਾ ਰਿਹਾ ਹੈ ਔਰ ਜਿਹੜੇ ਬੰਦੇ ਰਿਤੂ ਚਿੱਤਾ ਦੇ ਨਾਂ ਜ਼ਰਾ ਦਮਾਂਦਾ ਕੀਤਾ ਹੋਇਆ ਰਿਤੂ ਜੀ ਦਾ ਨਾਂ ਜ਼ਰ ਰੱਖਦੇ ਨੇ ਉਹਨਾਂ ਨੇ ਜਿਹ ਦਮਾਂਦਾ ਕੀਤਾ ਉਹਨਾਂ ਨਾਲ ਕੀ ਹੋਣਾ ਹੈ ਤੇ ਅੱਗੇ ਵਧਣ ਤੋਂ ਪਹਿਲੇ ਜਿਹੜੇ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਤੇ ਵੱਧ ਵੱਧ ਸ਼ੇਅਰ ਕਰੋਗੇ ਇਸ ਸਬੰਧ ਨੂੰ ਬੇਸਕੈ ਉਸ ਸਭਾ ਨੂੰ ਅਵੇਅਰਨੈਸ ਹੋਵੇ ਸਭਾ ਨੂੰ ਤੇ ਨਿਊਜ਼ ਦਾ ਬਤ ਚੱਲ ਸਕੇ ਤੇ ਸਭ ਤੋਂ ਪਹਿਲੇ ਜਿਹੜੇ ਬੋਨਸ ਜਿਨ੍ਹਾਂ ਨੂੰ ਬੰਦਿਆਂ ਨੂੰ ਮਿਲ ਚੁਕਿਆ ਜਿਨ੍ਹਾਂ ਨੂੰ ਜ ਮਿਲਣਾ ਉਹਨਾਂ ਦਾ ਆਬਜ਼ਰਵੇਸ਼ਨ ਵਿੱਚ ਹੈ ਜ਼ੈਰੀ ਗੱਲ ਉਹਨਾਂ ਨੂੰ ਆਬਜ਼ਰਵ ਕਰਕੇ ਆਬਜ਼ਰਵੇਸ਼ਨ ਵਿੱਚ ਯਾਨੀ ਕਿ ਦੇਖ ਸੋਣ ਕੇ ਦੇਖਭਾਲ ਕੇ ਦੇਣਗੇ ਜੇ ਉਹ ਬੰਦੇ ਅੱਖ ਰੱਖਦੇ ਨੇ ਤੇ ਫਿਰ ਤੇ ਉਹਨਾਂ ਨੂੰ ਵੈਸੇ ਮਿਲਣਗੇ ਜੇ ਬੰਦੇ ਅੱਖ ਨਹੀਂ ਰੱਖਦੇ ਤੇ ਫਿਰ ਪੈਸੇ ਨਹੀਂ ਮਿਲਣਗੇ ਤੇ ਜਿਹੜੇ ਬੰਦਿਆਂ ਨੂੰ ਪੈਸੇ ਮਿਲ ਚੁਕੇ ਨੇ ਉਹ ਕਿਉਂ ਮਿਲਣ ਕਿਵੇਂ ਮਿਲਣ ਕਿਉਂਕਿ ਐਮਪਸ ਦੇ ਹੁਤੇ ਹਾਲ ਦੀ ਕੜੀ ਜਦ ਰਸ਼ ਜ਼ਿਆਦਾ ਹੋ ਸੀ ਜਦ ਸਟਾਰਟ ਹੋਇਆ ਸੀ ਦਮਾਂ ਦਾ ਉਸ ਟਾਈਮ ਵੀ ਇਤਨਾ ਰਸ਼ ਸੀ ਕਿ ਐਮਪਸ ਦੀ ਵੈਬਸਾਈਟ ਤੱਕ ਹੈਂਗ ਹੋ ਗਈ ਸੀ ਤੇ ਕੰਮ ਕਰਨਾ ਬੰਦ ਹੋ ਗਿਆ ਸੀ ਪਰ ਪ੍ਰੈਸ਼ਰ ਔਰ ਰਸ਼ ਜ਼ਿਆਦਾ ਹੋਣ ਦੀ وجہ ਨਾਲ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਅਬਜ਼ਰਵੇਸ਼ਨ ਤੋਂ ਬਗੈਰ ਪਹਿਲੇ ਹੱਥ ਬੰਦਿਆਂ ਨੂੰ ਪੈਸੇ ਅਕਾਊਂਟ ਵਿੱਚ ਭੇਜਦੇ ਰਹੇ ਨੇ ਲੇਕਿਨ ਜਿਹੜੇ ਪੈਸੇ ਚਲੇਗੇ ਨਾ ਅਕਾਊਂਟਾਂ ਦੇ ਵਿੱਚ ਇਹ ਇਹ ਨਹੀਂ ਹੈ ਉਹਨਾਂ ਦੀ ਵੈਰੀਫਿਕੇਸ਼ਨ ਨਹੀਂ ਹੋਣੀ ਅਬਜ਼ਰਵੇਸ਼ਨ ਉਹਨਾਂ ਦੀ ਹੋਣ ਹੋ ਰਹੀ ਹੈ ਉਹਨਾਂ ਨੂੰ ਵੈਰੀਫਾਈ ਕਰਨ ਕੇ ਸਭ ਤੋਂ ਪਹਿਲੇ ਤੋਂ ਉਹਨਾਂ ਦਾ ਅਗਲਾ ਦਮਾਂਦਾ ਜਿਹੜਾ ਹੈ ਉਹ ਡਿਸਕਵਾਲਿਫਾਈ ਕਰਨ ਕੇ ਕਿ ਅਗਲਾ ਬਦਵਾਂਦਾ ਜਿਹੜਾ ਉਹਦਾ ਆਟੋਮੈਟਿਕਲੀ 800 ਯੂਰੋ ਵਾਲਾ ਹੋਣਾ ਸੀ ਉਹ ਉਹਨਾਂ ਦਾ ਬੰਦ ਹੋ ਗਿਆ 800 ਯੂਰੋ ਉਹਨਾਂ ਨੂੰ ਨਾ ਮਿਲੇ। ਦੂਸਰੇ ਨੰਬਰ ਤੇ ਉਹਨਾਂ ਨੂੰ ਉਹ ਦੇਖਣਗੇ ਕਿ ਕੀ ਤੁਸੀਂ ਕੰਪੈਟੀਬਲ ਹੈ ਹੋ ਕਿ ਨਹੀਂ ਜਿਹੜਾ ਦਮਾਂਦਾ ਤੁਸੀਂ ਕੀਤਾ ਜਿਹੜੀ ਪੰਜ ਕੈਟੇਗਰੀਆਂ ਦਸੀਆਂ ਨੇ ਜਿਹਦੇ ਵਿੱਚ ਮੈਂ ਕਈ ਵੀਡੀਓ ਬਣਾਈਆਂ ਹੋਈਆਂ ਨੇ ਕਿ ਪੰਜ ਸਪੈਸ਼ਲ ਟਾਈਪ ਦੀਆਂ ਕੈਟੇਗਰੀਆਂ ਨੇ ਜਿਨ੍ਹਾਂ ਨੂੰ ਇਹ ਪੈਸੇ ਮਿਲਦੇ ਨੇ ਜਿਹੜੇ ਆਕ ਰੱਖਦੇ ਨੇ ਜੇ ਤੁਸੀਂ ਉਹਨਾਂ ਕੈਟੇਗਰੀਆਂ ਵਿੱਚ ਨਹੀਂ ਹੈ ਤਾਂ ਫੇਰ ਵੀ ਤੁਹਾਨੂੰ ਪ ਵਾਪਸ ਇਹਨੇ ਪਾਉਣਗੇ ਰਿਕਵਰ ਕਰਨਗੇ ਐਮਪਸ ਵਾਲੇ ਜੇ ਤੁਸੀਂ ਕੰਪੈਟੀਬਲ ਨਹੀਂ ਹੈ ਤਾਂ ਤੁਹਾਡੇ ਪੈਸੇ ਵਾਪਸ ਹੋਣਗੇ ਦੂਸਰੇ ਨੰਬਰ ਤੇ ਅਸੀਂ ਗੱਲ ਕਰੀ ਰਹਿਤੋ ਚਿਤਨੰਦਾ ਰਹਿਤੋ ਚਿਤਨੰਦਾ ਸਾਨੂੰ ਪਤਾ ਕਿ ਰੱਦੋ ਚਿਤਨੰਦਾ ਜਿਹੜਾ ਰੱਖਦਾ ਉਹਦਾ ਕੂਰਾ ਉਤਾਰਿਆ ਵਿੱਚ ਸਵਾਈ ਇੱਕ ਦੋ ਬੋਨਸ ਦੇ ਛੋਟੇ ਮੋਟੇ ਦੇ ਉਹਦਾ ਕੂਰੀਆ ਕੂਰਾ ਉਤਾਰਿਆ ਵਿੱਚ ਹਿੱਸਾ ਨਹੀਂ ਹੈ ਵੀ ਜਿਹਦੇ ਕੋਲ ਰੱਦੋ ਚਿਤਨੰਦਾ ਹੈ ਜਾਂ ਜਿਹੜਾ ਰੱਦੋ ਚਿਤਨੰਦਾ ਦਾ ਦਮਾ ਦਾ ਰੱਖਦਾ ਹੈ ਜਿਹਦਾ ਜਿਹੜਾ ਉਹਦੇ ਪੈਸੇ ਲੈਂਦਾ ਪਿਆ ਉਹ ਕੂਰਾ ਉਤਾਰਿਆ ਦੇ ਪੈਸੇ ਮਾਸਵਾਏ ਬੋਨਸ ਫੀਟੋ ਤੁਮ ਮਾਸਵਾਏ ਉਹ ਬੋਨੀ ਵਗੈਰਾ ਜੇ ਕੋਈ ਹੱਕ ਜਿਹਦੇ ਨੂੰ ਮਿਲ ਜਾਏ ਤਾਂ ਉਹਦੇ ਦੁਲਾਵਾ 600 ਯੂਰੋ ਵਾਲਾ ਬੋਨਸ ਕਤਨ ਬਿਲਕੁਲ ਨਹੀਂ ਲੈ ਸਕਦੇ ਉਹ ਕੁਰਾਤਾਲੀਆ ਵਿੱਚੋਂ ਤੇ ਜੇ ਕਿਸੇ ਨੇ ਰੱਦੋ ਚਿੱਤੇ ਦੇ ਨਾਂਜ਼ਾ ਰੱਖ ਕੇ ਕੁਰਾਤਾਲੀਆ ਦੇ ਪੈਸੇ ਯਾਨਕਿ ਬੋਨਸ 600 ਯੂਰੋ ਲੈ ਉਹ ਵੀ ਉਹਨਾਂ ਨੂੰ ਵਾਪਸ ਕਰਨੇ ਪਉਣਗੇ ਯਾਨਕਿ ਇਹ ਪੈਸੇ ਵੀ ਇੰਪਸ ਰਿਕਵਰ ਕਰੇਗੀ ਤੇ ਲੋ ਜੀ ਫਿਲਹਾਲ ਤੱਕ ਇੰਨਾ ਹੀ ਤੇ ਇਹ ਸੀ ਛੋਟੀ ਜੀ ਨਿਊਜ਼ ਤੇ ਮੈਨੂੰ ਲੱਗਾ ਤੁਹਾਡਾ ਸ਼ੇਅਰ ਕਰਨੀ ਚਾਹੀਦੀ ਹੈ ਤੇ ਤੁਸੀਂ ਵੀ ਅੱਗੇ ਜਿੱਦੋਂ ਸ਼ਾਇਦ ਤੁਹਾਨੂੰ ਮੇਰੇ ਨਾਲ ਆਵੇ ਤੇ ਵੱਧ ਤੋਂ ਵੱਧ ਗਏ ਇਸ ਨੂੰ ਫਿਰ ਸ਼ੇਅਰ ਕਰੋ ਤੇ ਮਿਲਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਫਿਰ ਮਾਨ ਲਾ